ਦਿੱਲੀ ਹਾਈ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਉਂਦੇ ਹੋਏ 84 ਸਿੱਖ ਕਤਲੇਆਮ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਕਰਦਿਆਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਇਸ 'ਤੇ ਸਰਬਜੀਤ ਸਿੰਘ ਗੁਮਟਾਲਾ ਨੇ ਬੋਲਦੇ ਹੋਏ ਕਿਹਾ ਕਿ ਦਿੱਲੀ ਹਾਈ ਕਮਾਂਡ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ, ਪਰ 34 ਸਾਲਾਂ ਬਾਅਦ ਕਿਸੇ ਨੂੰ ਇਨਸਾਫ਼ ਦੇਣਾ ਨਿਆਂਪਾਲਕਾਂ 'ਤੇ ਵੀ ਕਲੰਕ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਕੇਸ ਕੋਈ ਵੀ ਹੋਵੇ ਉਸਦਾ ਇਨਸਾਫ਼ 1 ਸਾਲ ਦੇ ਅੰਦਰ ਅੰਦਰ ਮਿਲਣਾ ਚਾਹੀਦਾ। ਉਹਨਾਂ ਕਿਹਾ ਫਿਰ ਵੀ ਅਸੀਂ 34 ਸਾਲਾਂ ਬਾਅਦ ਆਏ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਆਈ ਵਾਸ਼ ਮੈਂ ਕਹੂੰਗਾ, ਪਰ ਫਿਰ ਵੀ ਜੁਡੀਸ਼ਰੀ ਵੱਲੋਂ ਇਹ ਫੈਸਲਾ ਲਿਆ ਗਿਆ ਉਹਦਾ ਸਵਾਗਤ ਕਰਦੇ ਹਾਂ। ਪਰ ਕਹਿੰਦੇ ਨਾ, ਜੇ ਨਿਆਂ ਵਿੱਚ ਦੇਰੀ ਕਰ ਦਿਓ ਤਾਂ ਉਸ ਨਿਆਂ ਦਾ ਫਾਇਦਾ ਕੋਈ ਨਹੀਂ ਹੁੰਦਾ। 34 ਸਾਲ 'ਚ 2 ਜਨਰੇਸ਼ਨਾਂ ਜਵਾਨ ਹੋ ਗਈਆਂ। ਜਿਹੜੇ ਬੱਚੇ 18-20 ਸਾਲ ਦੇ ਸੀ, ਅੱਜ ਉਹ ਪਿਤਾ ਬਣ ਚੁੱਕੇ ਨੇ। ਜਿਹੜੇ ਬੱਚੇ ਉਦੋਂ ਪੈਦਾ ਨਹੀਂ ਸੀ ਹੋਏ, ਉਹ ਅੱਜ ਵੱਡੇ ਹੋ ਕੇ ਜਵਾਨ ਹੋ ਚੁੱਕੇ ਨੇ। ਅਤੇ ਇੰਨਾ ਵੱਡਾ ਗੈਪ ਪਾ ਕੇ ਨਿਆਂ ਦੇਣਾ, ਇਹ ਤਾਂ ਨਿਆਂ ਪਾਲਿਕਾ 'ਤੇ ਵੀ ਕਲੰਕ। ਫਿਰ ਵੀ ਇਸ ਦੇ ਬਾਵਜੂਦ ਵੀ ਅਸੀਂ ਇਹਦਾ ਸਵਾਗਤ ਕਰਦੇ ਹਾਂ, ਇੱਕ ਚੰਗਾ ਕਦਮ ਹੈ। ਪਰ ਜੇ ਹਿੰਦੁਸਤਾਨ ਦੀ ਡੈਮੋਕ੍ਰੇਸੀ ਬਚਾਉਣੀ ਹੈ ਤਾਂ ਨਿਆਂ ਪਾਲਿਕਾ ਨੂੰ ਦਰੁਸਤ ਕਰਨਾ ਪਏਗਾ। ਜਿਵੇਂ 4 ਜੱਜਾਂ ਨੇ ਬਾਹਰ ਆ ਕੇ ਦੱਸਿਆ ਕਿ 25 'ਚੋਂ 21 ਜੱਜ ਪ੍ਰੋ RSS ਨੇ ਔਰ BJP ਤੋਂ ਇਸ਼ਾਰਾ ਲੈ ਕੇ ਉਹ ਫੈਸਲੇ ਕਰਦੇ ਆ, ਇੱਥੋਂ ਪਤਾ ਲੱਗਦਾ ਕਿ ਸਭ ਅੱਛਾ ਨਹੀਂ ਹੈ। ਜੇ ਹੁਣ ਦੀ ਸਰਕਾਰ ਤੋਂ ਇਸ਼ਾਰਾ ਲਿਆ ਜਾਂਦਾ ਵਾ, ਇਹਦਾ ਮਤਲਬ ਪਿਛਲੀਆਂ ਸਰਕਾਰ ਤੋਂ, ਕਾਂਗਰਸ ਸਰਕਾਰ ਤੋਂ ਵੀ ਇਸ਼ਾਰਾ ਲਿਆ ਜਾਂਦਾ ਰਹੂਗਾ। ਅਤੇ ਜਿਹੜਾ ਮੇਨ ਥੰਮ ਸੀ ਉਹ ਤਾਂ ਖਤਮ ਹੋ ਚੁੱਕਾ। ਸੋ ਦੇਰ ਆਏ ਦਰੁਸਤ ਹੈ, ਜੇ ਫੈਸਲਾ ਆਇਆ ਤਾਂ ਅਸੀਂ ਸਵਾਗਤ ਕਰਦੇ ਹਾਂ। ਪਰ ਇਹ ਸਿਸਟਮ ਨੂੰ ਠੀਕ ਕਰਨਾ ਚਾਹੀਦਾ। ਇਹਦਾ ਵੱਧ ਤੋਂ ਵੱਧ ਕੋਈ ਵੀ ਕੇਸ ਹੋਵੇ, ਖਾਸ ਕਰਕੇ ਕਤਲ ਆ ਗਿਆ ਸਰ, 1 ਸਾਲ ਤੋਂ ਜ਼ਿਆਦਾ ਲਮਕਣਾ ਉਹ ਮੰਦਭਾਗਾ, ਔਰ ਉਹਦਾ ਮਤਲਬ ਕਦੀ ਵੀ ਉਹਨੂੰ ਨਿਆਂ ਨੂੰ ਨਿਆਂ ਨਹੀਂ ਕਿਹਾ ਜਾ ਸਕਦਾ ਜੇ ਇੰਨਾ ਜ਼ਿਆਦਾ ਲਮਕਾ ਦਿੱਤਾ ਜਾਵੇ। ਕਿਤੇ ਨਾ ਕਿਤੇ ਸਿੱਖਾਂ ਨੂੰ ਮਲਮ ਮਹਿਸੂਸ ਤਾਂ ਹੈ, ਕੋਈ ਸ਼ੱਕ ਨਹੀਂ। ਪਰ ਮੈਂ ਸਮਝਦਾ, ਚਲੋ ਜੋ ਹੋਇਆ ਵਧੀਆ ਹੋਇਆ, ਜੋ ਅੱਜ ਫੈਸਲਾ ਹੋਇਆ ਠੀਕ ਹੋਇਆ, ਪਰ ਇੰਨਾ ਜ਼ਿਆਦਾ ਲਮਕਾਉਣਾ ਜਾਇਜ਼ ਨਹੀਂ ਸੀ। ਅੰਮ੍ਰਿਤਸਰ ਤੋਂ ਕੈਮਰਾਮੈਨ ਰਾਜੀਵ ਸ਼ਰਮਾ ਦੇ ਨਾਲ ਹਨੀ ਮਹਿਰਾ, ਜੀਵੇ ਪੰਜਾਬ TV।